ਸਾਰੇ ਤੋਂ ਖੂਬਸੂਰਤ ਯਾਦ ਆਉਣੀ ਵੀ ਜੀ ਅਸਾਂ ਕਿਹਦਾ ਚੀੜਾਂ ਚੀੜਾਂ ਬੂਟੇ ਲਵੇ ਪਿਛਲੇ ਪਾਸੇ ਜੀ ਦੇਖੋ ਇਬਰਾਹੀਮ ਅਸਲਾਮ ਵਾਲੇਕੁਮ ਦੋਸਤੋ ਉਮੀਦ ਕਰਦੇ ਜੀ ਸਾਰੇ ਭੈਣਾਂ ਭਰਾ ਹਰੀ ਨਾਲ ਦੱਸੋ ਜੇ ਤੁਹਾਡਾ ਵੋ ਖੁਸ਼ ਰਹੋ ਬਾਦ ਰਹੋ ਆਪਣਾ ਖਿਆਲ ਰੱਖੋ ਆਪਣੀ ਮਾਂ ਬਾਪ ਨੂੰ ਖਿਆਲ ਰੱਖੋ ਜੀ ਅੱਜ ਜੀ ਮਾਸ਼ਾਅੱਲਾ ਬਹੁਤ ਸੋਹਣੀ ਅਤੇ ਖੂਬਸੂਰਤ ਇੱਕ ਜਗ੍ਹਾ ਆਏ ਹਾਂ ਨੀਲਾ ਸੰਧ ਤੁਸੀਂ ਦੱਸਾਂ ਔਰ ਮਾਸ਼ਾਅੱਲਾ ਅੱਜ ਪਹਾੜਾਂ ਦੀ ਨਗਰੀ 'ਚ ਆਏ ਹਾਂ ਅਤੇ ਔਰ ਬਹੁਤ ਸੋਹਣੀਆਂ ਅਤੇ ਖੂਬਸੂਰਤ ਜਗ੍ਹਾ ਦੱਸਾਂ ਅੱਜ ਤੱਕ ਹੀ ਸੋਹਣੇ ਪਿੱਛੇ ਸਾਡੇ ਮਾਸ਼ਾਅੱਲਾ ਕਿਤਨੀ ਸੋਹਣੀ ਅਤੇ ਖੂਬਸੂਰਤ ਜਗ੍ਹਾ ਹੀ ਹੈ ਜੀ ਅੱਛਾ ਹੁਣ ਅੱਗੇ ਜ਼ਿਲ੍ਹਿਆਂ ਨਾਲ ਨਾਲ ਹੋਰ ਤੁਸੀਂ ਦੱਸਣੀਆਂ ਦੇਬੂ ਨਾ ਸਾਰਾ ਵਿਊ ਕਰਾਉਣਾ ਜੀ ਅਤੇ ਥੱਲੇ ਸਵਾਹ ਜਾਣਾ ਪਿਆ ਇਹ ਵੀ ਦੱਸਣੀਆਂ ਜੀ ਹਾਂਜੀ ਅਤੇ ਔਰ ਨਾਲ ਦੇਖੋ ਇਸ ਦੂਏ ਪਾਸੇ ਇਸ ਪਾਸੇ ਮਾਸ਼ਾਅੱਲਾ ਬਹੁਤ ਸੋਹਣੀਆਂ ਖੂਬਸੂਰਤ ਚੀੜਾਂ ਛੀੜਾਂ ਵੀ ਆ ਉਹ ਤੁਸੀਂ ਦੱਸਣੀਆਂ ਜੀ ਅੱਛਾ ਜੀ ਅੱਜ ਨਾ ਸਫ਼ਰ ਨਾਲ ਆਗਾਜ਼ ਕਰਦੇ ਹਾਂ ਇਹ ਜੀ ਚਰਾ ਚੌਕ ਆ ਚਰਾ ਚੌਕ ਸੁਸੰਗ ਹੈ ਜੁਲੀਆਂ ਅਤੇ ਨਾਲ ਨਾਲ ਤੁਸੀਂ ਦੱਸਾਂ ਜੀ ਅਗਰ ਇੱਕ ਚਰਾ ਚੌਕ ਹੈ ਨਾਲ ਹੀ ਖੱਬੇ ਹੱਥ ਹੈ ਪਰ ਤੁਸੀਂ ਜਾਣਾ ਚਾਹੁੰਦੇ ਹੋ ਅਤੇ ਸੰਵਲੀ ਡੈਮ ਔਰ ਕਰੋਰ ਹੋਰ ਮਾਸ਼ਾਅੱਲਾ ਇਸ ਪਾਸੇ ਬਹੁਤ ਸੋਹਣੇ ਅਤੇ ਖੂਬਸੂਰਤ ਜਗ੍ਹਾ ਹੀ ਹੈ ਜੀ ਪਰ ਅੱਜ ਅਸਾਂ ਸਿੱਧੇ ਜਾਣੇ ਹਾਂ ਜੀ ਕੋਟਲੀ ਸਤੀਆਂ ਦਾ ਜਾ ਸਾਂ ਨੀਲਾ ਸੰਧ ਬਿਲਕੁਲ ਇਸ ਰੋਡ ਹੈ ਪਰ ਜੀ ਮੌਜੂਦ ਆ ਉਹ ਵੀ ਦੱਸਾਂ ਉਹ ਇਨਸ਼ਾਅੱਲਾ ਅਗਲੀ ਵੀਡੀਓ ਅਸੀਂ ਜੀ ਨੀਲਾ ਸੰਧ ਨਹੀਂ ਅਗਰ ਕੋਈ ਸੰਗੀ ਦੋਸਤ ਅੱਜ ਦੇਖਣਾ ਚਾਹੁੰਦਾ ਤਾਂ ਅੱਜ ਨਹੀਂ ਵੀਡੀਓ 'ਚ ਨਹੀਂ ਅੱਜ ਸਿਰਫ ਔਰ ਸਿਰਫ ਬੋਰਡ ਨਾਲ ਵਿਊ ਆ ਔਰ ਮਾਸ਼ਾਅੱਲਾ ਬਹੁਤ ਸੋਹਣੀਆਂ ਤਾਂ ਖੂਬਸੂਰਤ ਜਗ੍ਹਾ ਉਹ ਤੁਸੀਂ ਦੱਸਾਂ ਜੀ ਤਾਂ ਮਾਸ਼ਾਅੱਲਾ ਜੀ ਰੋਡ ਕਾਫੀ 90% ਠੀਕ ਹੀ ਜੀ ਮਤਲਬ ਥੋੜ੍ਹੀ ਜਗ੍ਹਾ ਹੀ ਜਾ ਸੂ ਭੱਜੀ ਤਰੁੱਟੀ ਹੈ ਰੋਡਨੇ ਵਾਲੇ ਨਾਲ ਮਾਸ਼ਾਅੱਲਾ ਰੋਡ ਕਾਫੀ ਅੱਛੀ ਹੈ ਸੰਗੀ ਦੋਸਤ ਮੋੜਾ ਵਿੱਚ ਕ੍ਰਾਸ ਮਾਰਨੇ ਹੁਣ ਤੁਸੀਂ ਦੱਸਣੇ ਜੀ ਵਾਈਸ ਮੈਂ ਬਾਅਦ ਹੀ ਚਵਰ ਕਰਨਾ ਪਿਆ ਬਾਣਾ ਪਿਆ ਜੀ ਇਹਨਾਂ ਤੋਂ ਕੋਈ ਭਾਈ ਆ ਉਹਨਾਂ ਦਾ ਇਹਨੇ ਬਹੁਤ ਜਲਦੀ ਹੈ ਹੁਣ ਉਹ ਥੋੜ੍ਹੀ ਗੜੀ ਆਸਤਾ ਨਾ ਨਹੀਂ ਤਾਂ ਕੰਮ ਹੋਈ ਕਿਆ ਸਾ ਕਿਉਂਕਿ ਕੋਸ਼ਿਸ਼ ਕਰਿਆ ਕਰੋ ਮੋੜਾ ਵਿੱਚ ਕ੍ਰਾਸ ਨਾ ਮਾਰਿਆ ਕਰੋ ਜੀ ਇਤਿਹਾਸ ਲਾਜ਼ਮੀ ਹੈ ਪਾਲ ਸਟਾਰਟ ਹੋਈ ਹੈ ਜੀ ਹੁਣ ਪਹਾੜਾਂ ਨੇ ਨਜ਼ਾਰੇ ਕਰਾਉਣੇ ਆ ਸੋਹਣੀਆਂ ਦੋਸਤਾਂ ਜੀ ਮਾਸ਼ਾਅੱਲਾ ਗਿਆ ਬਹੁਤ ਸੋਹਣੀਆਂ ਤਾਂ ਖੂਬਸੂਰਤ ਜਗ੍ਹਾ ਹੀ ਆ ਜੀ ਉਹਨਾਂ ਦਾ ਵਿਊ ਕਰਾ ਸਕਦਾ ਜੀ ਅਗਰ ਇਸ ਪਾਸੇ ਹੱਸਣੇ ਹੋ ਜੀ ਤਾਂ ਆਪਣੇ ਸ਼ਨਾਖਤੀ ਕਾਰਡ ਅਤੇ ਗੱਡੀ ਨੂੰ ਕਾਪੀ ਛਾਪੀ ਲਾਜ਼ਮੀ ਨਾ ਰੱਖੋ ਜੀ ਰਾਏ ਵਿੱਚ ਸਕੂਟੀ ਵਾਲੇ ਚੈੱਕ ਕਰਨੇ ਤਾਂ ਅੱਜ ਅਸਾਂ ਬੱਚੀ ਗਈ ਹਾਂ ਕੋਈ ਨਹੀਂ ਅਸੀਂ ਚੈੱਕ ਕੀਤਾ ਨੇ ਮਿਹਰਬਾਨੀ ਹੈ ਵੈਸੇ ਚੈੱਕ ਲਾਜ਼ਮੀ ਕਰਨੇ ਜੀ ਅੱਜ ਸਾਡੀ ਗੱਡੀ ਨਹੀਂ ਚੈੱਕ ਕੀਤੀ ਹੈ ਪਤਾ ਨਹੀਂ ਕੀ ਨਹੀਂ ਕੀਤੀ ਨੇ ਜਾਂ ਮੋਬਾਈਲ ਸਾਲਾ ਦੱਖਿਆ ਨਹੀਂ ਵੀਡੀਓ ਬਣਾਉਣੇ ਪਏ ਇਸ ਵਜ੍ਹਾ ਨਹੀਂ ਕੀਤੀ ਨੇ ਵੈਸੇ ਚੈੱਕ ਤਾਂ ਲਾਜ਼ਮੀ ਕਰਨੇ ਜੀ ਅਗਰ ਮਤਲਬ ਇਹਨੇ ਸ਼ੱਕ ਸ਼ੱਕ ਹੋਇਆ ਕਿਸੇ ਚੀਜ਼ ਦਾ ਜੀ ਮੈਂ ਥੋੜ੍ਹਾ ਜਿਹਾ ਖਾਲੀ ਦੇ ਤੋਂ ਅੱਗੇ ਇਸ ਜਗ੍ਹਾ ਨਾਲ ਨਜ਼ਾਰਾ ਕਰਾਈ ਛੁੜਨੇ ਹਾਂ ਮਾਸ਼ਾਅੱਲਾ ਜੀ ਬਹੁਤ ਸੋਹਣੀ ਤਾਂ ਖੂਬਸੂਰਤ ਜਗ੍ਹਾ ਹੀ ਹੈ ਇੱਥੋਂ ਪਾਰ ਸਾਹਮਣੇ ਕੋਈ ਨਿੱਕੀ ਜਿਹੀ ਟੋਪ ਹੀ ਇਸ ਸਾਹਮਣੇ ਕੋਈ ਮਾਸ਼ਾਅੱਲਾ ਬਹੁਤ ਸੋਹਣੀ ਤਾਂ ਖੂਬਸੂਰਤ ਅਤੇ ਨਿੱਕੇ ਜਿਹੇ ਘਰ ਹੈ ਤਾਂ ਬਹੁਤ ਸੋਹਣੀ ਯਾਦ ਆਉਣੀ ਪਈ ਜੀ ਇੱਥੋਂ ਅਸਾਂ ਕਿਹਦਾ ਦੱਸਣ ਦਾ ਨਾ ਜਿਹੜਾ ਪਾਣੀ ਅਸਣਾ ਇਸ ਨਾਲ ਚਸਣਾ ਹੈ ਇਹ ਘਰ ਬਹੁਤ ਸੋਹਣੇ ਲਵੇ ਜੀ ਦਸ ਪੰਦਰਾਂ ਘਰ ਉਸ ਨਿੱਕਾ ਜਿਹਾ ਗ੍ਰਾਂ ਜਾਣਾ ਤਾਂ ਬਹੁਤ ਸੋਹਣਾ ਲਵਾ
ਜਲਸਾਂ ਹੋਰ ਨਾਲ ਲੱਗੇ ਕਿ ਜਲਸਾਂ ਕਿਆ ਨੀਲਾ ਸਾਂਹ ਦੀ ਤੁਸੀਂ ਦੱਸਣੇ ਆ ਜੀ। ਅਤੇ ਹੋਰ ਮਾਸ਼ਾਅੱਲਾ ਬਹੁਤ ਸੋਹਣੀਆਂ ਅਤੇ ਖੂਬਸੂਰਤ ਜਗ੍ਹਾ ਹੀ ਹੈ ਇੱਥੇ ਜੀ। ਇਸ ਸਾਹਮਣੇ ਕੋਈ ਗਰਾਊਂਡ ਆ ਬਿਲਕੁਲ ਸਵਾਇਆ, ਪਰ ਕਿੰਨੀ ਸੋਹਣੀ ਜਗ੍ਹਾ ਲਾਉਣਾ ਵਾ ਜੀ। ਇਹ ਦੇਖੋ ਮਾਸ਼ਾਅੱਲਾ ਇੱਕ ਇੱਕ ਦੋ ਦੋ ਕਾਰ ਹੈ ਜੀ, ਲਾ ਲਾ ਅਦਾ ਲਾਦਾ ਸਾਰਿਆਂ ਇੱਧਰ ਪਹਾੜਾਂ ਵਿੱਚ ਜੀ। ਦੇਖੋ ਮਾਸ਼ਾਅੱਲਾ ਬਹੁਤ ਸੋਹਣੇ ਅਤੇ ਖੂਬਸੂਰਤ ਲੱਗਣੇ ਭੇਜ ਜਾਸੂ ਜੀ ਅਸਾਂ ਕਿਤੇ। ਔਰ ਹੁਣ ਸਮਾਂ ਜਾਣਾ ਗਾ ਜੀ, ਔਰ ਇਸ ਪਾਸੇ ਚੀੜਾਂ ਚੀੜਾਂ ਬੁੱਕ ਲਵੇ ਪਿਛਲੇ ਪਾਸੇ ਜੀ। ਦੇਖੋ ਹੈ ਜੀ, ਇਹ ਨਾਲ ਹੀ ਖੱਬੇ ਇੱਥੇ ਪਰ ਇੰਨੀ ਲਸਣ ਦੇ ਨਾ ਭਰੋ ਟੋਲਾ ਮਾਸ਼ਾਅੱਲਾ, ਹੁਣ ਬੜੀ ਸੈਟਿੰਗ ਕੀਤੀ ਨੇ ਇੱਥੇ ਜੀ। ਇਹ ਨਾਲ ਹੀ ਬੁਣ ਨੀ ਲਸਣ ਦਾ ਜੀ, ਇਨਸ਼ਾਅੱਲਾ ਸਾਡੀ ਅਗਲੀ ਵੀਡੀਓ ਨੀਲੇ ਸੰਦਨ ਵਾਲੇ ਨਾਲ ਅਸੀਂ ਜੀ ਬਣਾ ਸਕਾਂ, ਅਤੇ ਇਨਸ਼ਾਅੱਲਾ ਬੁਣ ਜਲਦ ਵੀਡੀਓ ਅਸੀਂ ਉਮੀਦ ਕਰ ਸਾਂ ਜੇ ਵਾਲੀ ਵੀਡੀਓ ਤੁਹਾਨੂੰ ਸਾਡੀ ਚੰਗੀ ਲੱਗ ਸੀ। ਅਗਰ ਚੰਗੀ ਲੱਗੀ ਤਾਂ ਸਾਡੇ ਚੈਨਲ ਸਬਸਕ੍ਰਾਈਬ ਕਰ ਗਏ, ਅਤੇ ਨਾਲ ਹੀ ਨਾਲ ਬੈਲ ਆਈਕਨ ਪਰ ਕਲਿੱਕ ਕਰਕੇ ਨੇ ਇਨਸ਼ਾਅੱਲਾ ਬਹੁਤ ਜਲਦ ਇੱਕ ਨਵੀਂ ਵੀਡੀਓ ਨਾਲ ਹਾਜ਼ਰ ਹੋ ਸਾਂ। ਯਾਰ ਜ਼ਿੰਦਾ ਅਤੇ ਸੋਬਤ ਬਾਕੀ। ਅਸਲਾਮੁਅਲੈਕੁਮ ਰਹਿਮਤੁਲਲਾਹਿ ਵਬਰਕਾਤੁਹੁ।